ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਿਮਰਨ ਕੌਰ ਧਾਦਲੀ, ਮੈਂ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੀ ਹਾਂ ਵੀ ਇੰਸਟਾ 'ਤੇ ਜਿੰਨੇ ਵੀ ਮੇਰੇ ਨਾਮ 'ਤੇ ਅਕਾਊਂਟ ਬਣ ਰਹੇ ਨੇ ਉਹ ਸਾਰੇ ਫੇਕ ਨੇ। ਜਦੋਂ ਮੈਂ ਇੰਸਟਾ 'ਤੇ ਵਾਪਸ ਆਈ ਮੇਰਾ ਅਕਾਊਂਟ ਰਿਕਵਰ ਹੋਇਆ, ਜਾਂ ਮੈਂ ਕੋਈ ਨਵੀਂ ਆਈਡੀ ਬਣਾਈ। ਮੈਂ ਤੁਹਾਨੂੰ ਜ਼ਰੂਰ ਲਾਈਵ ਹੋ ਕੇ ਇਨਫੋਰਮ ਕਰੂੰਗੀ, ਅਤੇ ਫਿਲਹਾਲ ਮੇਰਾ ਕੋਈ ਅਕਾਊਂਟ ਨਹੀਂ ਹੈਗਾ ਇੰਸਟਾ 'ਤੇ। ਧੰਨਵਾਦ। ਮੈਨੂੰ ਨਹੀਂ ਪਤਾ, ਮੈਂ ਵੀ ਬਣਨਾ ਹੈ ਅਸਲੀ ਫੈਮਿਨਿਸਟ। ਤੁਸੀਂ ਮੇਰੀ ਟੀ ਸ਼ਰਟ 'ਤੇ ਨਾ ਜਾਓ, ਸੂਟ ਬਹੁਤ ਨੇ ਮੇਰੇ ਕੋਲ, ਮੈਂ ਹੁਣੇ ਪਾ ਕੇ ਆ ਜਾਂਦੀ ਹਾਂ, ਸਿਰ ਵੀ ਮੈਂ ਢੱਕ ਲੂੰਗੀ। ਪਰ ਕੁਐਸਚਨ ਨੇ, ਇੰਨਾ ਕੁ ਗਲਾ ਠੀਕ ਹੈ ਸੂਟ ਦਾ ਕਿ ਧੂੜ 'ਤੇ ਹੋਣਾ ਚਾਹੀਦਾ? ਅਤੇ ਫਿਟਿੰਗ ਵਾਲਾ ਪਾ ਸਕਦੇ ਸੂਟ ਕਿ ਖੁੱਲ੍ਹਾ ਹੋਣਾ ਚਾਹੀਦਾ? ਕਲਚਰ ਪੁਲਿਸ ਨੇ ਰਿਕੁਆਇਰਮੈਂਟਸ ਐਗਜੈਕਟ ਨਹੀਂ ਭੇਜੀਆਂ ਸਾਨੂੰ, ਸੋ ਇਸ ਲਈ ਅਸੀਂ ਕਾਫੀ ਕਨਫਿਊਜ਼ ਹਾਂ। ਅਤੇ ਨਾਲੇ ਚੁੱਲ੍ਹਾ ਹੋਣਾ ਜ਼ਰੂਰੀ ਹੈ ਘਰੇ? ਮੇਰੇ ਕੋਲ ਚੁੱਲ੍ਹਾ ਨਹੀਂ ਹੈਗਾ, ਹੁਣ ਕਨੇਡਾ ਮੈਂ ਕਿੱਥੋਂ ਲੱਭਾਂ ਚੁੱਲ੍ਹਾ? ਇੱਥੇ ਉਹ ਤਾਂ ਦਾਦੀ ਨਾਨੀ ਦੇ ਜ਼ਮਾਨੇ 'ਚ ਦੇਖਿਆ ਸੀ, ਇੱਥੇ ਮੈਂ ਕਿੱਦਾਂ ਹੁਣ ਥੱਲੇ ਬਹਿ ਕੇ ਚੁੱਲ੍ਹੇ 'ਤੇ ਰੋਟੀਆਂ ਲਾਵਾਂ ਸਿਰ ਢੱਕ ਕੇ? ਬਟ ਆਈ ਫੀਲ ਮੈਂ ਆਲਰੇਡੀ ਡਿਸਕੁਆਲੀਫਾਈਡ ਹਾਂ। ਮੈਂ ਜਦੋਂ ਵੀ ਆਪਣੇ ਭਰਾ ਨੂੰ ਮਿਲਦੀ, ਮੈਂ ਕਦੀ ਵੀ ਨਜ਼ਰਾਂ ਐਂ ਨੀਵੀਆਂ ਨਹੀਂ ਕੀਤੀਆਂ। ਮੈਂ ਅੱਗੇ ਉਹਨੂੰ ਕਹਿੰਦੀ, ਬਦਤਮੀਜ਼ ਤੂੰ ਲੇਟ ਆਇਆ, ਆਪਾਂ ਡਾਂਸ ਰੀਲ ਪ੍ਰੈਕਟਿਸ ਕਰਨੀ ਹੈ ਫਿਰ ਸ਼ੂਟ ਕਰਨੀ ਹੈ। ਕਾਲਾ ਕਾਲਾ ਸੂਟ ਬਿੱਲੋ ਕਾਲੀ, ਪਤਾ ਹੀ ਹੈ ਤੁਹਾਨੂੰ, ਯੂ ਨੋ ਦ ਡ੍ਰਿਲ। ਛੱਡੋ ਪਰ, ਮੈਂ ਆਲਰੇਡੀ ਡਿਸਕੁਆਲੀਫਾਈਡ ਹਾਂ। ਸਿਮਰਨ ਕੌਰ ਧਾਦਲੀ ਦੇ ਗਾਣੇ ਰਾਹੀਂ ਉਹਨਾਂ ਸਾਰੀਆਂ ਦੇ ਮਿਰਚ ਲੜੀਆਂ ਜਿਹੜੀਆਂ ਨੰਗੇਜ਼ਵਾਦ ਫੈਲਾਉਂਦੀਆਂ ਨੇ, ਅਤੇ ਜਾਂ ਫਿਰ ਜਿਹੜੀਆਂ ਉਸ ਨੰਗੇਜ਼ਵਾਦ ਨੂੰ ਸਪੋਰਟ ਕਰਦੀਆਂ ਨੇ। ਉਹਨਾਂ ਵਿੱਚ ਸਾਡੀਆਂ ਕੁਝ ਪੰਜਾਬੀ ਫਿਲਮ ਹਸਤੀਆਂ ਵੀ ਸ਼ਾਮਿਲ ਨੇ, ਅਤੇ ਹੁਣ ਉਹ ਇਹ ਸਟੋਰੀਆਂ ਪਾ ਰਹੀਆਂ ਨੇ ਕਿ ਸਿਮਰਨ ਕੌਰ ਧਾਦਲੀ ਨੇ ਇਸ ਗਾਣੇ ਰਾਹੀਂ ਆਪਣੀ ਪੁਰਾਣੀ ਸੋਚ ਜ਼ਾਹਿਰ ਕੀਤੀ ਆ। ਉਹ ਚਾਹੁੰਦੀ ਆ ਕਿ ਔਰਤਾਂ ਅਜੇ ਵੀ ਗੁਲਾਮ ਰਹਿਣ, ਔਰਤਾਂ ਅਜੇ ਵੀ ਪਰਦੇ ਦੇ ਪਿੱਛੇ ਰਹਿਣ। ਕਿਉਂ? ਤੁਹਾਡੀ ਨਜ਼ਰ 'ਚ ਸਿਰਫ ਆਪਣਾ ਜਿਸਮ ਦਿਖਾਉਣਾ, ਸੋਸ਼ਲ ਮੀਡੀਆ 'ਤੇ ਛੋਟੇ ਕੱਪੜੇ ਪਾ ਕੇ ਫੋਟੋਆਂ ਵੀਡੀਓ ਪਾਉਣੀਆਂ, ਕਿ ਸਿਰਫ ਇਹੀ ਆਜ਼ਾਦੀ ਆ? ਮੇਰੇ ਵਰਗੀਆਂ ਜਾਂ ਫਿਰ ਮੈਂ ਜਾਂ ਫਿਰ ਮੇਰੇ ਵਰਗੀਆਂ ਹੋਰ ਕੁੜੀਆਂ ਜਿਹੜੇ ਸੂਟ ਪਾ ਕੇ ਜਾਂ ਪੂਰੇ ਕੱਪੜੇ ਪਾ ਕੇ ਫੋਟੋਆਂ ਵੀਡੀਓ ਪਾਉਂਦੀਆਂ ਨੇ, ਕਿ ਅਸੀਂ ਗੁਲਾਮ ਹਾਂ ਕਿਸੇ ਦੇ? ਕਿ ਸਾਨੂੰ ਆਜ਼ਾਦੀ ਨਹੀਂ ਮਿਲੀ ਅਜੇ ਤੱਕ? ਮੈਂ ਆਪਣੀ ਜ਼ਿੰਦਗੀ ਪੂਰੀ ਖੁੱਲ੍ਹ ਕੇ ਜਿਉਂਦੀ ਹਾਂ, ਆਪਣਾ ਹਰ ਸ਼ੌਂਕ ਪੂਰਾ ਕਰਦੀ ਹਾਂ, ਮੈਨੂੰ ਮੇਰੇ ਘਰਦਿਆਂ ਦੀ ਪੂਰੀ ਸਪੋਰਟ ਆ, ਮੈਨੂੰ ਕੋਈ ਰੋਕ ਟੋਕ ਨਹੀਂ ਆ, ਉਹ ਕਹਿੰਦੇ ਜੋ ਤੂੰ ਕਰਨਾ ਕਰ। ਪਰ ਫਿਰ ਵੀ ਇੱਕ ਸ਼ਰਮ ਹੁੰਦੀ ਆ, ਉਹ ਸ਼ਰਮ ਦੇ ਦਾਇਰੇ ਦੇ ਅੰਦਰ ਰਹਿ ਕੇ ਮੈਂ ਆਪਣੀ ਜ਼ਿੰਦਗੀ ਜੀ ਰਹੀ ਹਾਂ, ਅਤੇ ਮੈਂ ਪੂਰੀ ਖੁਸ਼ ਹਾਂ ਆਪਣੀ ਜ਼ਿੰਦਗੀ 'ਚ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਨਜ਼ਰ ਆਉਂਦੀ ਆਪਣੀ ਜ਼ਿੰਦਗੀ 'ਚ। ਕਿਉਂ? ਤੁਹਾਡੀ ਨਜ਼ਰ 'ਚ ਸਿਰਫ ਉਹੀ ਆਜ਼ਾਦੀ ਆ ਕਿ ਔਰਤ ਆਪਣਾ ਜਿਸਮ ਦਿਖਾਵੇ, ਜਿਸਮ ਦੀ ਨੁਮਾਇਸ਼ ਕਰੇ, ਅਤੇ ਉਹਨੂੰ ਹੀ ਆਜ਼ਾਦ ਮੰਨਿਆ ਜਾਵੇਗਾ? ਆਜ਼ਾਦੀ ਇੱਥੇ ਹੋਣੀ ਚਾਹੀਦੀ ਆ, ਨਾ ਕਿ ਜਿਸਮ ਦਿਖਾਉਣ 'ਚ। ਜਿਹਨੂੰ ਤੁਸੀਂ ਆਜ਼ਾਦੀ ਕਹਿੰਦੀਆਂ ਹੋ ਨਾ, ਇਹ ਆਜ਼ਾਦੀ ਨਹੀਂ, ਤੁਹਾਨੂੰ ਤੁਹਾਡੇ ਘਰ ਵਾਲਿਆਂ, ਤੁਹਾਡੇ ਪਰਿਵਾਰ ਵਾਲਿਆਂ ਵੱਲੋਂ ਮਿਲੀ ਆਜ਼ਾਦੀ ਦੀ ਦੁਰਵਰਤੋਂ ਆ। ਅਤੇ ਫਿਰ ਕੁਛ ਇਹ ਕਹਿਣਗੀਆਂ ਕਿ ਸਾਡੀ ਪਰਸਨਲ ਲਾਈਫ ਆ, ਅਸੀਂ ਜੋ ਮਰਜ਼ੀ ਕਰੀਏ ਆਪਣੀ ਲਾਈਫ, ਤੁਹਾਨੂੰ ਸਾਡੇ ਬਾਰੇ ਬੋਲਣ ਦਾ ਕਿੰਨੇ ਹੱਕ ਦਿੱਤਾ? ਬਈ, ਜੇ ਤੁਹਾਡੀ ਪਰਸਨਲ ਲਾਈਫ ਆ ਤਾਂ ਤੁਹਾਨੂੰ ਪਰਸਨਲ ਰੱਖੋ। ਜਦੋਂ ਤੁਸੀਂ ਆਪਣੀਆਂ ਸਟੋਰੀਆਂ ਵੀਡੀਓ ਨੰਗੀਆਂ ਹੋ ਕੇ ਸੋਸ਼ਲ ਮੀਡੀਆ 'ਤੇ ਪਾ ਦਿੰਦੀਆਂ, ਉਹ ਤਾਂ ਤੁਹਾਡੀ ਪਰਸਨਲ ਲਾਈਫ ਨਹੀਂ ਰਹਿੰਦੀ, ਉਹ ਪਬਲਿਕ ਦੀ ਲਾਈਫ, ਪਬਲਿਕ ਬਣ ਜਾਂਦੀ ਆ, ਅਤੇ ਪਬਲਿਕ ਨੂੰ ਉਸ ਬਾਰੇ ਪੁਆਇੰਟ ਆਫ ਵਿਊ ਦੇਣ ਦਾ ਪੂਰਾ ਹੱਕ ਆ। ਸੋ ਸਾਡੇ ਵੱਲੋਂ ਤਾਂ ਸਿਮਰਨ ਕੌਰ ਧਾਦਲੀ ਨੂੰ ਸਲਿਊਟ ਆ ਕਿ ਉਹਨੇ ਆਪਣੇ ਪੂਰੇ ਗਸ਼ਤ ਦਿਖਾਏ ਅਤੇ ਇੱਦਾਂ ਦਾ ਇੱਕ ਗਾਣਾ ਕੱਢਿਆ ਜਿਹੜਾ ਕਿ ਸਿੱਧਾ ਤੁਹਾਡੇ ਵਰਗੀ ਸੋਚ ਰੱਖਣ ਵਾਲੀਆਂ ਦੇ ਮੂੰਹ 'ਤੇ ਲਫੇੜਾ ਆਏ। ਅਤੇ ਆਪਾਂ ਚਾਹੁੰਦੇ ਹਾਂ ਕਿ ਇਹੋ ਜਿਹੇ ਗਾਣੇ ਹੋਰ ਵੀ ਆਉਂਦੇ ਰਹਿਣ, ਕਿਉਂਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਗਾਣੇ ਦੀ ਪੂਰੀ ਲੋੜ ਆ। ਸੋ ਹੈਟਸ ਆਫ ਟੂ ਯੂ ਸਿਮਰਨ ਕੌਰ ਧਾਦਲੀ।